ਸਤਿਕਾਰ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਕਰਤਾ ਜੀ ਸਟਾਰਟ ਅੱਜ ਜੀਰੀ ਦਾ ਕੰਮ ਵੀ ਕੱਦੂ ਲੱਗ ਗਈ ਕਰਨ ਇੱਕ ਵਾਰੀ ਤਾਂ ਪਹਿਲਾਂ ਮਾਰਤਾ ਹੀ ਆ ਫੱਟਾ ਲਾਇਆ ਹੁਣ ਪਿੱਛੇ ਲੈਣਾਂ ਹੀ ਬਣਦੀਆਂ ਨੇ ਪਹਿਲਾਂ ਕੱਲੇ ਰੂਟਾਵੇਟਰ ਨੂੰ ਮਾਰਿਆ ਤਾਂ ਲੈਣਾਂ ਹੀ ਬਣਦੀਆਂ ਫਿਰ ਮਹਾ ਬੁਰੀਆਂ ਲੱਗਦੀਆਂ ਤੇ ਅਸ਼ਵੀਨ ਨੇ ਸਲਾਹ ਦਿੱਤੀ ਕਿ ਚਾਚੇ ਫੱਟਾ ਲਾਉਂਦੇ ਆ ਆਪਾਂ ਵੀ ਮਹਾ ਚੱਲ ਫਿਰ ਫੱਟਾ ਲਾਉਂਦੇ ਆ ਤੇ ਹੁਣ ਬਾਈ ਇਹ ਅਸ਼ਵੀਨ ਸੁੱਤਾ ਪਿਆ ਉੱਥੇ ਫੱਟਾ ਲੈ ਕੇ ਆਇਆ ਜਾ ਕੇ ਹੁਣ ਫੱਟਾ ਬੰਨਿਆ ਪਿੱਛੇ ਹੁਣ ਮਾਰੂਗਾ ਕਿਉਂਕਿ ਰੂਟਾਵੇਟਰ ਤਾਂ ਅਸੀਂ ਦੋ ਵਾਰੀ ਉਹ ਮਾਰਦੇ ਹਾਂ ਫਿਰ ਵੀ ਅਤੇ ਹੁਣ ਦੂਜੀ ਵਾਰੀ ਮਾਰ ਦੇਣਾ ਫੱਟਾ ਬੰਨ ਕੇ ਪਿੱਛੇ ਫਿਰ ਲੈਣਾ ਹੀ ਮਿੜ ਦੂਈਆਂ ਨਾਲੇ ਵਧੀਆ ਸੁਆਗੇ ਦਾ ਐਨ ਕੰਮ ਹੋ ਜੂਗਾ ਪਿੱਛੇ ਬਾਈ ਅਤੇ ਬਾਕੀ ਕੱਲ੍ਹ ਨੂੰ ਬਈ ਆਉਣਗੇ ਸ਼ਾਮ ਨੂੰ ਮੇਰੀ ਪੱਟਣ ਅਤੇ ਆ ਉਹਨਾਂ ਨੂੰ ਕਹਿੰਦੇ ਫਸਦਾ ਜੀ 3-4 ਕਿੱਲਿਆਂ ਦਾ ਕਰ ਲਓ ਕੱਦੂ ਮਾਂ ਠੀਕ ਆ ਲਾਈਟ ਵੀ ਅੱਗੇ ਆਈ ਆ ਬਾਈ 8 ਘੰਟੇ ਨਹੀਂ ਤਾਂ 4 ਘੰਟੇ ਆਉਂਦੀ 2 ਘੰਟੇ ਕਨੀਜ 'ਚ ਪਾਣੀ ਪੈਂਦਾ 2 ਘੰਟੇ 'ਚ ਖਰੀਦ ਕੇ ਕਿੱਲਾ ਹੁੰਦਾ ਉਹਦਾ ਫਿਰ ਅੱਜ ਅਸੀਂ ਕਨੀਜ 'ਚ ਵੀ ਨਹੀਂ ਪਾਣੀ ਪਾਇਆ ਅੱਗੇ ਸੀਗਾ ਕੱਦੂ ਏ ਕਰ ਲਈਏ ਪਹਿਲਾਂ ਕੱਲ੍ਹ ਨੂੰ ਪਾਉਂਦੇ ਕਨੀਜ 'ਚ ਪਾਣੀ ਜਾਂ ਭਈਏ ਆ ਕੇ ਬਾਕੀ ਦੇਖਦੇ ਹਾਂ ਹੁਣ ਫੱਟਾ ਬੰਨ ਕੇ ਕਿਵੇਂ ਚੱਲਦਾ ਕਰਦੇ ਹਾਂ ਸ਼ੁਰੂ ਤਾਂ ਵਧੀਆ ਵੱਜਦਾ ਹੈ ਨਾ ਲੋਡ ਕਰਕੇ ਬੰਨੂਗੇ ਹੁਣ ਇੱਕ ਸਾਈਡ ਨੂੰ ਜ਼ਿਆਦਾ ਹੋਈ ਜਾਂਦਾ ਇੱਧਰ ਨੂੰ ਬੰਨ ਹੋਊਗਾ ਟਾਇਟ ਹੋਊਗਾ ਲਓ ਬਾਈ ਲਾਈਨਾਂ ਤਾਂ ਬੈਂਡ ਦੇ ਹਟ ਗਈਆਂ ਹੁਣ ਵਢੇਂਦਾ ਜਾਈ ਜਾ ਰਿਹਾ ਬਾਈ ਪੱਟਾ ਲਾ ਕੇ ਤਾਂ ਗੱਲ ਬਣ ਗਈ ਐਂ ਬਣ ਗਿਆ ਖੇਤ ਦੇਖੋ ਬਾਈ ਜਮਾਂ ਹੀ ਨਹੀਂ ਲੈਣ ਲੂਣ ਪੈਂਦੀ ਐਨ ਬਣਾ ਦਿੰਦਾ ਵਾਕੇ ਤੋਂ ਵੀ ਸਾਰਾ ਹੀ ਕੰਮ ਹੋ ਜਾਂਦਾ ਬਾਈ ਪੱਟਾ ਲਾ ਕੇ ਤਾਂ ਮਗਰ ਲਓ ਜੀ ਬਾਈ ਕੱਦੂ ਕੁੱਦੂ ਕਰਕੇ ਵਿਹਲੇ ਹੋ ਗਏ ਅਤੇ ਆਰਾਮ ਆਰਾਮ ਕਰਕੇ ਚੱਲੇ ਹਾਂ ਡੀਜ਼ਲ ਲੈਣ ਭਰਤਗੜ੍ਹ 'ਤੇ ਅਤੇ ਇੱਧਰ ਕਾਲੇ ਬਾਈ ਉਹਨਾਂ ਕੋਲ ਆਏ ਅਤੇ ਬਾਪੂ ਵਾਲੀ ਜੀਪ ਲੈ ਗਏ ਬਾਈ ਬਾਪੂ ਦੀ ਜੀਪ ਜਸ਼ਨ ਉਹਨਾਂ ਦੇ ਇਹੋ ਜਿਹੇ ਕੰਮ ਆ ਬ੍ਰੇਕ ਆਇਲ ਮੁੱਕਿਆ ਵਾ ਤਾਂ ਬ੍ਰੇਕਾਂ ਨਹੀਂ ਦੀਆਂ ਜਮ੍ਹਾਂ ਹੀ ਲੱਗਦੀਆਂ ਉਹ ਵੀਰ ਉਹਨਾਂ ਕੋਲ ਬ੍ਰੇਕ ਆਇਲ ਪਾਉਣ ਆਏ ਹਾਂ ਅਤੇ ਨਾਲੇ ਬਾਪੂ ਦਾ ਟਰੈਕਟਰ ਦਾ ਹੁਣ ਦਿਖਾਉਂਦੇ ਹਾਂ ਕਿੰਨਾ ਕੁ ਕੰਮ ਹੋ ਗਿਆ ਹੋਰ ਅੱਗੇ ਕਿੰਨਾ ਕੁ ਰਹਿ ਗਿਆ
बापू वाली जीप पाता भीरे वाह ठीक है ना भाई पाता हैप्पी भीर ने ज्यादा हो गया हैप्पी आ अच्छा ते इधर भाई खोलिया पे बापू का हिस्सा मूहरे वाला यार तो जमा ही बापू का ट्रैक्टर पोटा ही करता है काले ज्यादा ही नजायज करती बापू के ट्रैक्टर नाल यार है एयर कंडीशनर भी काला करया पे है लो देखो भाई अरे भाई लग गया हिस्से का काम करना बश बश लग गया भाई लाना देखो सेंटर पा बश भाई भाई लाता बश काले होजू दो तीन दिन च हिस्सा फिट हिस्सा हिस्सा ही होना फिट जी तो ला जूंगा 15-20 दिन होर बस ठीक है भाई भाई 10 दिन ला जाने होर काम बहुत अजे पंप पंप होना यदा रंग रुंग भी होना हाँ ठीक है तो भाई सा टापा लाता भाई पहला बापू पटंगया वा था थले लाता टापा हूँ ब्रेक टप गेयर टापा भी लग गया भाई एन हो गया गेयर हूँ भाई चलो भाई ब्रेक वाल पै गया चलते हम चेक करते हैं ब्रेक गड्डी दियाँ लो भाई रोपड़ पहुँच गए भजाई बहुत है भाई जीप की पहला ब्रेक नहीं थी लगती है ब्रेक ऑयल पाया भाई हम लगती यार पूरी बापू के शाही काम होंगे बापू वाली जिप्सी द्रेक फेल होती है पर आया बापू कड़ा इन्नी भजा वो भी मैं पुलिस को मोड़नी जा ना रुकी मैं सीधी करती अच्छा हाँ बापू ब्रेक है मैं तेन दसना भुल गया तेल नहीं है कहता अच्छा तो ब्रेक ऑयल लिया पवा के गाले ना दे ड्रम लते ट्राली च दो भी रस्सिया ना बन के लियाने पे नहीं तो मूहरे रखे पे पिछे पहुंच जाते हाँ दे वाह काम हो जाता फिर इधर भाई रोपड़ दिखता सारी पर लो भाई भरतगढ़ पहुंच गए सूरज का नहर के पुल को पहुंच चले बड़े पिंड पहुंच गए हूँ तो सूरज भी छोटा जहा रह गया बस ਘਰੇ ਪਹੁੰਚ ਗਏ ਡੀਜ਼ਲ ਢੋਲ ਲਾਤੇ ਅਤੇ ਆਪਾਂ ਭਰਤਗੜ੍ਹ ਦੇ ਵੀਰ ਡੀਜ਼ਲ ਤਾਂ ਲੈਣ ਗਏ ਸੀਗੇ ਉੱਥੇ ਨਾ ਬੰਦੇ ਕੋਲ ਹੈਗਾ ਕੋਈ ਆਪਣਾ ਹੀ ਹੁਣ ਆਪਾਂ ਕਾਹਨੂੰ ਕਿਸੇ ਦੀ ਰਿਜਕ ਪਰ ਆਪਣੇ ਲੱਤ ਮਾਰਨੀ ਆ ਉੱਥੇ ਨਾ ਟੈਂਕਰਾਂ ਵਾਲੇ ਬਾਈ ਤੇਲ ਕੱਢਦੇ ਆ ਸਾਡੇ ਸਾਹਮਣੇ ਵੀ ਕੱਢਿਆ ਦੋ ਤਿੰਨ ਟੈਂਕਰ ਵਾਲਿਆਂ ਨੇ ਜਿਹੜੇ ਆਪਣੇ ਪੰਪ 'ਤੇ ਪਾਉਂਦੇ ਆ ਤੇਲ ਅਤੇ ਉਹ ਬਾਈ ਫਿਰ 75 ਰੁਪਏ ਲੀਟਰ ਨੂੰ ਆਪਾਂ ਨੂੰ ਡੀਜ਼ਲ ਦਿੰਦਾ ਬਾਈ ਵਧੀਆ ਡੀਜ਼ਲ ਕੋਈ ਮਿਲਾਵਟ ਨਹੀਂ ਸਿੱਧਾ ਟੈਂਕਰ 'ਚੋਂ ਕੱਢਦੇ ਆ ਅਤੇ ਉਹ ਬਾਈ ਨੇ ਬੜੇ ਢੋਲ ਰੱਖੇ ਵੇ ਨਾਪੇ ਰੱਖੇ ਵੇ ਆ ਸਿੱਧਾ ਦਿੰਦਾ ਆਪਾਂ ਬਾਈ ਉਹ ਤੋਂ ਲੈ ਕੇ ਆਏ ਅਤੇ ਅੱਜ 440 ਲੀਟਰ ਡੀਜ਼ਲ ਦੋ ਢੋਲ ਫੁੱਲ ਲਿਆਏ ਭਰਾ ਕੇ ਅਤੇ 75 ਰੁਪਏ ਨੂੰ ਦਿੱਤਾ ਬਾਈ ਨੇ ਅਤੇ ਬਹੁਤ ਵਧੀਆ ਡੀਜ਼ਲ ਆ ਬਾਈ ਮੈਂ ਕਹਿੰਦਾ ਜਿਹੋ ਜਿਹਾ ਪੰਪ ਤੋਂ ਪਵਾ ਲਓ ਜਿਹੋ ਜਿਹਾ ਬਾਈ ਤੋਂ ਲੈ ਲਓ ਸਿੱਧੀ ਸਪਲਾਈ ਆ
कोई मिलावट नहीं, टैंकर वाला तेल है भाई। तो पंपा का फिर भी माड़ी मोटी मिलावट कर देंगे कच्चे तेल की, वो नहीं भाई बिल्कुल सही तेल मिलता। तो वीडियो भाई ने बना नहीं दिती क्योंकि थानू पता है दो नंबर वाले काम वीडियो कोई बना नहीं दिता भाई, भरतगढ़ तो लेके आए हैं तेल तो भरतगढ़ ही मिलता, पता कर लियो भाई। तो अपनी अज की वीडियो भाई इतने तक सी, वध तो वध मेरे चैनल में सबसक्राइब करो भीरे, तो वध तो वध लाइक करो, तो वध तो वध शेयर करो भीर मेरे, दब के सपोर्ट कर दियो मड़ी जी। मिलते हैं कल नवें ब्लॉग 'च।